ਦੇ ਵਲੌਗ ਨਹੀਂ ਹੁੰਦੇ ਨਾ ਸ਼ੁਰੂਆਤਾਂ ਤੇ ਅੱਜ ਆਪਾਂ ਕੁਝ ਕਰਦੇ ਆ। ਹਾਂਜੀ ਬਈ ਕੀ ਹੋ ਗਿਆ? ਹਾਂ ਹਾਂ ਭਾਈ ਸੱਚ ਮੈਨੂੰ ਮਿਲਣ ਆਇਆ ਮੇਰਾ ਸਬਸਕ੍ਰਾਈਬਰ ਹੈ। ਸਬਸਕ੍ਰਾਈਬਰ ਮੇਰੇ ਡੈਡੀ ਨੇ ਕਿਹਾ ਮੈਨੂੰ ਪੈਸੇ ਮੋੜ ਸਾਡੇ ਪੈਸੇ ਮੋੜ। ਓ ਭਾਈ ਓ ਭਾਈ ਨਾ ਭਾਈ ਐ ਨਾ ਕਰੋ ਯਾਰ। ਓਏ ਓਏ ਗੁਰਮਣ ਇਹਨੂੰ ਕੋਲ ਪੈਸੇ ਕੱਢ ਇਹਦਾ ਫੋਨ। ਬਈ ਤੁਸੀਂ ਸਾਡੇ ਅਮਰੂਦ ਤੋੜ ਲਏ ਚੋਰੀਆਂ ਹਨ। ਓ ਵੀ ਉਹਨਾਂ ਮਾ ਕਰਨ ਲੱਗਿਆ ਕਰ ਤੂੰ ਚੋਰੀ ਕਰਿਆ ਕਰੇ ਨਾ। ਫਿਰ ਜਦੋਂ ਮੈਂ ਆਪ ਖਵਾ ਲਿਆ ਹੋਣਾ ਭਾਈ ਤਬਾਦ ਹੁਣ ਕਰੇ ਚੱਲਦੇ ਹਾਂ ਅਤੇ ਜੇ ਕੋਈ ਦਿਖਾਉਣ ਵਾਲੀ ਚੀਜ਼ ਹੋਈ ਉਹ ਜ਼ਰੂਰ ਤੁਹਾਨੂੰ ਬਲੌਗ ਦੇ ਵਿੱਚ ਦਿਖਾਵਾਂਗੇ ਕਿਉਂਕਿ ਹੁਣ ਬਕਚੋ ਦੀਆਂ ਬੰਨ ਮੈਂ ਡੇਲੀ ਉਹੀ ਰੂਟੀਨ ਵਾਲੀਆਂ ਗੱਲਾਂ ਨਹੀਂ ਜੇ ਕੁਛ ਅਲੱਗ ਜਿਹਾ ਹੋਇਆ ਕਰੂ ਉਹ ਜ਼ਰੂਰ ਦਿਖਾਇਆ ਕਰਾਂਗੇ। ਜਿਵੇਂ ਤਾਂ ਰੂੜੀ 'ਤੇ ਕਾਗਜ਼ ਪਏ ਨੇ ਕੱਲ੍ਹ ਕੁਛ ਹੋਰ ਪੈ ਇਹ ਚੀਜ਼ਾਂ ਅਲੱਗ ਦੀਆਂ ਹੁੰਦੀਆਂ ਨੇ ਸੋ ਅਲੱਗ ਦੀਆਂ ਚੀਜ਼ਾਂ ਦਿਖਾਵਾਂਗੇ ਅੱਗੇ ਬਲੌਗ ਨਾਲ ਜੁੜੇ ਰਹੋ। ਦਸ ਨੇਚਰ ਜਿਹੜੇ ਕਹਿੰਦੇ ਨੇ ਪਿੰਡਾਂ 'ਚ ਬੜੇ ਨਜ਼ਾਰੇ ਨੇ ਕਦੇ ਮੀਂਹ ਵਾਲੇ ਦਿਨ ਆਇਓ ਗੋਡੇ ਗੋਡੇ ਗਾਰਾ ਹੋ ਜਾਂਦਾ ਸਾਈਡ 'ਤੇ। ਹਾਂਜੀ ਮੇਰੇ ਵੀਰੋ ਹੁਣ ਚੱਲਦੇ ਆਪਾਂ ਬੱਬੀ ਬਾਈ ਅਤੇ ਰੋਡੂ ਬਾਈ ਨੂੰ ਫੋਨ ਦਬਾਉਣ ਅਤੇ ਉਹ ਸਾਹਮਣੇ ਖੜ੍ਹੇ ਮੇਰੀ ਵੇਟਿੰਗ ਕਰ ਰਹੇ ਨੇ ਕਿਉਂਕਿ ਮੈਂ ਕਰਾ ਪਤਾ ਨਹੀਂ ਮੈਂ ਇਹਨਾਂ ਨੂੰ ਲੇਟ ਕਰਾਤਾ ਪਤਾ ਨਹੀਂ ਇਹਨਾਂ ਨੇ ਮੈਨੂੰ ਲੇਟ ਕਰਾਤਾ ਕਿਉਂਕਿ ਇਹ ਤਾਂ ਆਪਦੇ ਕੰਮ ਨਿਬੇੜ ਕੇ ਜਵਾ ਘਰੋਂ ਬਚਦੇ ਬਚਾਉਂਦੇ ਆ ਚੁੱਕੇ ਨੇ ਮੈਂ ਹੀ ਇਕੱਲਾ ਰਹਿ ਗਿਆ। ਚਿੜੇ ਖਾਣਾ ਕਹਿੰਦੇ ਹੁਣ ਆਪਾਂ ਚਲਾਉਣਾ ਸਿਖਾਵਾਂਗੇ ਗੱਗੀ ਉਹ ਸੱਚ ਬੱਬੀ ਪਹਿਲਾਂ ਇਹਨੂੰ ਚਾਬੀ ਲਾਉਣੀ ਸਿੱਖ ਲੈ ਮੈਂ ਦੇਖਿਆ ਕੰਧ ਕੁੰਧ 'ਚ ਮਾਰੇ ਆ ਤੂੰ ਉਹ ਤੇਰੀ 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 ਅਤੇ ਏ ਟੀ ਐੱਮ 'ਚੋਂ ਪੈਸੇ ਕਢਾ ਕੇ ਦੁਕਾਨ 'ਚ ਧੱਕੇ ਪਿੱਲੇ ਮਾਰਦੇ ਅਤੇ ਅਸੀਂ ਵੜ ਜਾਂਦੇ ਹਾਂ ਧੱਕੇ ਨਾਲ ਦੁਕਾਨ 'ਚ ਕਿਉਂਕਿ ਰਸ਼ ਬਹੁਤ ਹੈ ਅਤੇ ਬੱਬੀ ਬਾਈ ਨੂੰ ਆਪਾਂ ਫੋਨ ਦਿਖਾ ਰਹੇ ਹਾਂਗੇ ਵੀ ਕਿਹੜਾ ਚਾਹੀਦਾ ਉਹਨੂੰ ਅਤੇ ਬੱਬੀ ਬਾਈ ਪੂਰਾ ਖੁਸ਼ ਹੈ ਅਤੇ ਅੰਦਰੋਂ ਦਿਖਾ ਨਹੀਂ ਰਿਹਾ ਕਿਉਂਕਿ ਜ਼ਿਆਦਾ ਖੁਸ਼ ਬੰਦੇ ਦੇ ਕਹਿੰਦਾ ਛਿੱਲ ਜ਼ਿਆਦਾ ਲਾਈ ਜਾਂਦੀ ਹੈ ਬਾਈ ਦੀ ਸੋਚਣੀ ਇਹ ਆ ਪਰ ਨਹੀਂ ਬਾਈ ਜੀ ਸਮਝਾ ਰਹੇ ਨੇ ਵੀ ਜਿਹੜਾ ਤੂੰ ਫੋਨ ਕਟਾਉਣ ਦੀ ਕੋਸ਼ਿਸ਼ ਕਰ ਰਿਹਾ ਇਹ ਲੋਕ ਸਾਡੇ ਧੱਕੇ ਨਾਲ ਰੱਖ ਕੇ ਜਾਂਦੇ ਨੇ ਕਿਉਂਕਿ ਘਰੇ ਰੱਖਣ ਨੂੰ ਥਾਂ ਰੋਕਣਾ ਕਹਿ ਦਿੰਦੇ ਨੇ ਅਤੇ ਉਹ ਬਾਈ ਸੰਗਦਾ ਕਿਉਂਕਿ ਉਹਦੀ ਵੀਡੀਓ ਨਹੀਂ ਬਣਾਉਣੀ ਅਤੇ ਰੋਡੂ ਹੱਸਦਾ ਅਤੇ ਉਹਦਾ ਬਿੱਲ ਬਣ ਰਿਹਾ ਬੱਬੀ ਨੇ ਸਿਲੈਕਟ ਕਰ ਲਿਆ ਫੋਨ ਕਿਉਂਕਿ ਜ਼ਿਆਦਾ ਬਲੌਗ ਬਣਾਉਣ ਨੂੰ ਬਸ ਆਡੀਅੰਸ ਬਸ ਜਿੱਥੇ ਬੰਦੇ ਜ਼ਿਆਦਾ ਹੋਣ ਉੱਥੇ ਬਣਾਉਣਾ ਮੈਨੂੰ ਟਫ ਜਿਹਾ ਲੱਗਦਾ ਕਿਉਂਕਿ ਮੈਂ ਬੋਲ ਨਹੀਂ ਸਕਦਾ ਅਤੇ ਆਹ ਬੱਬੀ ਬਾਈ ਦਾ ਫੋਨ ਹੈ ਦੇਖ ਸਕਦੇ ਤੁਸੀਂ ਬੱਬੀ ਪੂਰਾ ਖੁਸ਼ ਹੈ ਅਤੇ ਯਾਰ ਰੋਡੂ ਦੇਖੋ ਰੋਡੂ ਵੀ ਆਪਦਾ ਬਿੱਲ ਤਿਆਰ ਕਰਵਾ ਰਿਹਾ ਦੋ ਫੋਨ ਲੈ ਲਏ ਅਤੇ ਯਾਰ ਰੋਡੂ ਹੋਰਾਂ ਦੇ ਪੁਰਾਣੇ ਫੋਨ 1947 ਵੇਲੇ ਜਦੋਂ ਨਵੇਂ ਨਵੇਂ ਸੈਮਸੰਗ ਚੱਲੀ ਤੀ ਕੰਪਨੀ ਅਤੇ ਰੋਡੂ ਵਾਲੇ ਫੋਨ 'ਤੇ ਤਾਂ ਇੱਕ ਪੱਟੂ ਦੇ ਕੈਮਰਾ ਵੀ ਨਹੀਂ ਹੈਗਾ ਰੋਡੂ ਫੋਨ ਦਿਖਾਓ ਬਾਈ ਰੋਡੂ ਸੰਗ ਰਿਹਾ ਅਤੇ ਦਿਖਾ ਰਿਹਾ ਕੈਮਰਾ ਵੀ ਨਹੀਂ ਹੈਗਾ ਅਤੇ ਦੁਨੀਆ ਖਤਮ ਹੋ ਰਹੀ ਆ ਫਰੰਟ ਕੈਮਰਾ ਇਹਦੇ ਪਹਿਲੇ ਫੋਨ ਦੇ ਜਿਹੜਾ ਉੱਥੇ ਰੋਡੂ ਲੱਗਿਆ ਇੱਕ ਕੱਢਿਆ ਸੀਗਾ ਕੰਪਨੀ ਨੇ ਆਹ ਦੁਕਾਨ ਹੈ ਜ਼ਰੂਰ ਵਿਜਿਟ ਕਰਿਓ ਲੈ ਰਹੇ ਅਤੇ ਹੁਣ ਚੱਲਦੇ ਹਾਂ ਪਿੰਡ ਨੂੰ ਖੇਤ ਮਰ ਰਿਹਾ ਤਾਇਆ ਫੋਨ ਤੇ ਅਸੀਂ ਖੇਤ ਚੱਲਾਂਗੇ ਹੁਣ ਪਾਰਟੀ ਕਰਦੇ ਚਲੋ ਠੀਕ ਹੈ ਜੀ ਓਕੇ ਬਾਈ ਤੇ ਮੈਨੂੰ ਛੱਡ ਕੇ ਤੁਰ ਗਏ ਨੇ ਮਿੱਤਰ ਯਾਰੀ ਹੁਣ ਚੱਲਦੇ ਹਾਂ ਸਾਡੇ ਬੌਂਸਰ ਭਾਅ ਜੀ ਲੱਗੇ ਨੇਗੇ ਇਹਦੀ ਅਨਬੋਕਸਿੰਗ ਕਰਨ ਛੋਟਾ ਜਿਹਾ ਲੱਗਦਾ ਆ ਅਨਬੋਕਸਿੰਗ ਇਹਨੂੰ ਤਾਂ ਬੰਦ ਕਰ ਲੈ ਟੁੱਟੇ ਪਏ ਟੁੱਟਿਆ ਪਿਆ ਉਹ ਕਰਦੀ ਰਿਟਰਨ ਹੋ ਜੂਗਾ ਚੱਕੀ ਦੇਖੋ ਮੇਰੇ ਵੀਰੋ ਫਲਿੱਪਕਾਰਟ ਤੋਂ ਹੀ ਇਹ ਚੀਜ਼ਾਂ ਨਾ ਮਾਰਿਆ ਮੰਗਾਇਆ ਕਰੋ ਕੋਟ ਟੋਟਾ ਜਿਹੜੀ ਹੈ ਇਹਦਾ ਨਟ ਨਟ ਨਿਕਲਿਆ ਵਾ ਕੱਢਣ ਨੂੰ ਕਿੱਥੇ ਚੱਕ ਇੱਕ ਚਾਕੂ ਇਹ ਲਿਕੜ ਗਿਆ ਭੈਣ ਕੋਈ ਆ ਟੁੱਟਿਆ ਪਿਆ ਕੋਈ ਨਹੀਂ ਤਾਂ ਰਿਟਰਨ ਹੋ ਜੂਗਾ ਅਤੇ ਦੇਖੋ ਮੇਰੇ ਵੀਰੋ ਫਲਿੱਪਕਾਰਟ ਤੋਂ ਟੁੱਟਿਆ ਹੋਇਆ ਉਹ ਆਇਆ ਚਾਕੂ ਤੁਸੀਂ ਦੇਖ ਸਕਦੇ ਹੋ ਆਹ ਪ੍ਰੋਡਕਟ ਮੰਗਾਇਆ ਹੋਇਆ ਬਿਹਤਰ ਇੱਕ ਗੱਲ ਹੋ ਗਈ ਆਹ ਵੀਡੀਓ ਤਾਂ ਆਪਾਂ ਬਣਾ ਕੇ ਸਿਰਾ ਕਰਾ ਤਾ ਜੇ ਹੁਣ ਬਾਈ ਚਾਂਸ ਆਪਾਂ ਨੂੰ ਰਿਟਰਨ ਤੇ ਪੈਸੇ ਨਹੀਂ ਪਾਉਣਗੇ ਇਹ ਹੈ ਤਾਰ ਤਾਂ ਤੇਜ਼ ਹੈ ਨਹੀਂ ਭੈਣ ਚੋਦ ਰਿਟਰਨ ਕਰ ਦੀ ਚੰਗਾ ਰਿਟਰਨ ਹੁਣ ਪਾ ਦੇ ਤੜਕੇ ਆ ਜੂਗਾ ਬੰਦਾ ਲੈਣ ਮੈਨੂੰ ਉਰੇ ਫੜਾ ਜੀ ਉਰੀਆਂ ਫੜਾ ਦੂੰਗਾ ਠੀਕ ਹੈ ਅਤੇ ਆਹ ਦੇਖੋ ਮੇਰੇ ਵੀਰੋ ਫਲਿੱਪਕਾਰਟ ਦਾ ਲੰਡੂ ਪ੍ਰੋਡਕਟ ਗੁੱਸਾ ਚੜਿਆ ਪਿਆ ਸਾਨੂੰ
ਆ ਕਿੱਥੋਂ ਨਿਕਲਿਆ ਹੈ ਖਬਰਾਂ ਕਿੱਥੋਂ ਖੁੱਲ ਗਏ ਤਾਂ ਭੈਣ ਜੋ ਥਾਂ ਥਾਂ ਤਾਂ ਖੁੱਲੇ ਪਏ ਕੱਸਦੇ ਉਰੀ ਕਿਤੇ ਆਏ ਉਰੇ ਕੱਸਦੇ ਕਿੱਥੇ ਕਸੀ ਇਹਨੂੰ ਦੂਜੇ ਪਾਸੇ ਦੇਖੀ ਦੋ ਨਾਟ ਹੈਗੇ ਨੇ ਪੂਰੇ ਹਾਂ ਇਹ ਤਾਂ ਦੋ ਨੇ ਨਿਕਲਿਆ ਕਿੱਥੋਂ ਉਪਰਾਂ ਡੇਗਦੇ ਜਦੋਂ ਰਿਟਰਨ ਹੀ ਕਰਨਾ ਤੁਸੀਂ ਪ੍ਰੋਡਕਟ ਆ ਜਿਹੜਾ ਫਲਿੱਪਕਾਰਟ ਤੋਂ ਮੰਗਾ ਵੀ ਸਕਦੇ ਹੋ ਯਾਰ ਪੂਰਾ ਦੇਖ ਪਰਖ ਕੇ ਹੈ ਨਾ ਅਸ਼ੋਰਡ ਜਿਹੜਾ ਲਿਖਿਆ ਹੁੰਦਾ ਪ੍ਰੋਡਕਟ ਦੇ ਥੱਲੇ ਲਿਖਿਆ ਹੁੰਦਾ ਅਸ਼ੋਰ ਵੀ ਮਤਲਬ ਕੰਪਨੀ ਜ਼ਿੰਮੇਵਾਰ ਹੁੰਦੀ ਆ ਉਹਦਾ ਮਤਲਬ ਉਹੀ ਪ੍ਰੋਡਕਟ ਮੰਗਾਇਆ ਕਰੋ ਲੜੂ ਪੰਜੂ ਪ੍ਰੋਡਕਟ ਨਾ ਮੰਗਾਇਆ ਕਰੋ ਹੁਣ ਪਵਿੱਤਰ ਨੇ ਮੰਗਾ ਰੱਖਿਆ ਜੀ ਚਾਕੂ ਕਿਉਂਕਿ ਉਹ ਬਾਊਂਸਰ ਹੈ ਬੋਡੀ ਬਿਲਡਿੰਗ ਦਾ ਥੋੜ੍ਹਾ ਜਿਹਾ ਕੰਮ ਕਰਦਾ ਮੁੰਡਾ ਅਤੇ ਉਹਨੂੰ ਲੋੜ ਪੈਂਦੀ ਰਹਿੰਦੀ ਉੱਥੇ ਕਈ ਵਾਰੀ ਉਸ ਸਰਾਰਤੀ ਆਨਸਰ ਲੜਾਈ ਲੜੂਈ ਪੈ ਜਾਂਦੀ ਤਾਂ ਕਰਕੇ ਸੋ ਉਸੇ ਕਰਕੇ ਮੰਗਾਇਆ ਹੋਇਆ ਸੀਗਾ ਤਾਂ ਕਰਕੇ ਮੰਗਾਇਆ ਸੀਗਾ ਅੱਧੇ ਕਹਿਣਗੇ ਚਾਕੂ ਕਿਉਂ ਮੰਗਾ ਰੱਖਿਆ ਕੋਈ ਚੱਜ ਦੀ ਚੀਜ਼ ਮੰਗਾਉਣੀ ਸੀ ਐਸਾ ਵੈਸੀ ਗੱਲ ਨਹੀਂ ਹੈਗੀ ਸੋ ਸਾਰੇ ਜਣੇ ਨੂੰ ਮੈਂ ਕਹਿਣਾ ਚਾਹੁੰਦਾਗਾ ਵੀ ਦੇਖ ਕੇ ਮੰਗਾਇਆ ਕਰੋ ਜਿਹੜੀ ਸਹੀ ਚੀਜ਼ ਹੋਵੇ ਅਤੇ ਸਸਤੀ ਚੀਜ਼ ਨਾ ਮੰਗਾਇਆ ਕਰੋ ਵਧੀਆ ਚੀਜ਼ ਮੰਗਾਇਆ ਕਰੋ ਕੋਈ ਚੱਜ ਦੀ ਮਤਲਬ ਸਹੀ ਮੰਗਾਇਆ ਕਰੋ ਅਤੇ ਮੈਂ ਕੁਛ ਜ਼ਿਆਦਾ ਨਹੀਂ ਬੋਲ ਰਿਹਾ ਅਤੇ ਬਾਕੀ ਚੋਰੀਆਂ ਬੰਦ ਕਰਕੇ ਅਤੇ ਯਾਰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ ਸਿੱਧੀ ਜਿਹੀ ਗੱਲ ਹੈ ਕਿਉਂਕਿ ਬਲੌਗ ਜਿਹਦਾ ਦਿਨ 'ਚ ਸਾਰਾ ਮਤਲਬ ਰੂਟੀਨ ਹੈ ਬਲੌਗ ਵੱਡੇ ਬਲੌਗ ਵਾਲਾ ਉਹ ਫਿਰ ਤਾਂ ਹੋਵੇ ਕਿਉਂਕਿ ਮੈਂ ਹੁਣ ਛੋਟੇ ਬਲੌਗ ਵੀ ਬਣਾਉਣ ਲੱਗਿਆ ਵੱਡੇ ਬਲੌਗ ਵੀ ਬਣਾਉਣ ਲੱਗਿਆ ਇੰਸਟਾਗ੍ਰਾਮ ਸਨੈਪਚੈਟ ਅਤੇ ਫੇਸਬੁੱਕ ਬਹੁਤ ਕੁਛ ਹੈਂਡਲ ਕਰਨਾ ਪੈਂਦਾ ਅਤੇ ਬਹੁਤ ਕੁਛ ਔਖਾ ਹੋ ਜਾਂਦਾ ਇਹ ਚੀਜ਼ਾਂ ਹੈਂਡਲ ਕਰਨੀਆਂ ਅਤੇ ਮੈਂ ਸਾਰੇ ਕੀਤੀਆਂ ਮਣੀ ਕਾਲਾ ਨਾਟ ਗਿਆਰਾਂ ਭਰੋ ਕਿਤੇ ਮਰਜ਼ੀ ਸਨੈਪਚੈਟ ਫੇਸਬੁੱਕ ਟਵਿੱਟਰ ਕਿਤੇ ਮਰਜ਼ੀ ਸਾਰੇ ਕਿਤੇ ਆਪਾਂ ਹਾਜ਼ਰ ਹਾਂ ਕਦੇ ਵੀ ਆਪਾਂ ਨੂੰ ਫੋਲੋ ਕਰੋ ਆਪਾਂ ਸਾਰੇ ਕੀਤੀਆਂ ਐਂ ਸ਼ਾਹ ਜਾਣਾ ਆਪਾਂ ਆਉਣ ਵਾਲੇ ਟਾਈਮ 'ਚ ਥੋੜ੍ਹਾ ਇੰਸਟਾਗ੍ਰਾਮ 'ਤੇ ਆਪਣਾ ਚੱਲਣ ਲੱਗ ਗਿਆ ਕੰਮ ਜਾਂ ਅੱਗੇ ਨਾਲ ਦੱਸਿਓ।